ਸਤਿ ਸ੍ਰੀ ਅਕਾਲ ਦੋਸਤੋ ਮੈਂ ਜੀthetaਜੀਤ ਐਸ ਸਾਕੀ ਦੀ ਕਹਾਣੀ ਦੋ ਕਮਰਿਆਂ ਵਾਲਾ ਘਰ ਲੈ ਕੇ ਹਾਜ਼ਰ ਹਾਂ ਉਸਨੇ ਗੁੱਟ ਤੇ ਬੰਨੀ ਘੜੀ ਵੱਲ ਵੇਖਿਆ 7:30 ਬਜ ਗਏ ਸਨ ਬਾਹਰ ਸਾਰੇ ਹਨੇਰਾ ਫੈਲ ਗਿਆ ਸੀ ਸੜਕ ਅਤੇ ਦੁਕਾਨਾਂ ਦੀਆਂ ਬੱਤੀਆਂ ਜਗ ਪਈਆਂ ਸਨ ਅੱਜ ਤਾਂ ਉਸਨੂੰ ਘਰ ਮੁੜਦਿਆਂ ਰੋਜ਼ ਨਾਲੋਂ ਵੀ ਵੱਧ ਦੇਰ ਹੋ ਗਈ ਸੀ ਉਸ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਹੁੰਦਾ ਆ ਰਿਹਾ ਸੀ ਕੋਸ਼ਿਸ਼ ਕਰਨ ਤੇ ਵੀ ਉਹ ਠੀਕ ਵਕਤ ਤੇ ਘਰ ਨਹੀਂ ਪਹੁੰਚ ਪਾਉਂਦੀ ਸੀ ਜਦੋਂ ਕਿ ਦਫ਼ਤਰ ਤੋਂ ਛੁੱਟੀ ਤਾਂ 5 ਵਜੇ ਹੋ ਜਾਂਦੀ ਸੀ ਅਤੇ ਉਸ ਨੂੰ 5:30 ਵਜੇ ਤੱਕ ਘਰ ਪਹੁੰਚ ਜਾਣਾ ਚਾਹੀਦਾ ਸੀ ਨਸੀ ਜਾਂਦੀ ਬੱਸ ਵਿੱਚ ਉਸ ਨੇ ਆਪਣੇ ਨੇੜੇ ਖੜੋਤੇ ਭਾਰੀ ਮੁੱਛਾਂ ਵਾਲੇ ਉਸ ਮਰਦਵਾਲ ਵੇਖਿਆ ਜਿਸ ਨੇ ਬਹੁਤ ਚਿਰ ਪਹਿਲਾਂ ਹੀ ਉਸ ਨੂੰ ਆਪਣੀ ਥਾਂ ਤੇ ਬਿਠਾ ਦਿੱਤਾ ਸੀ ਜਿਹੜਾ ਅਜੀਬ ਹੀ ਕਦੇ-ਕਦੇ ਕੂਰ-ਕੂਰ ਕੇ ਉਸਵਲ ਵੇਖ ਲੈਂਦਾ ਸੀ ਹੋਇਆ ਇਸ ਤਰ੍ਹਾਂ ਕਿ ਇਹ ਸੀ ਵੀ ਉਸ ਨੂੰ ਅੱਜ ਕੁਦਰਤੀ ਮਿਲ ਗਈ ਸੀ ਨਹੀਂ ਤਾਂ ਉਹ ਰੋਜ਼ ਹੀ ਦਫ਼ਤਰ ਤੋਂ ਛੁੱਟੀ ਹੋਣ ਬਾਅਦ ਬਸ ਦੀ ਛੱਤ ਤੇ ਲੱਗੇ ਡੰਡੇ ਨੂੰ ਫੜ ਕੇ ਘਰ ਤੱਕ ਪਹੁੰਚਦੀ ਸੀ ਅੱਜ ਵੀ ਸ਼ਾਇਦ ਇਸੇ ਤਰ੍ਹਾਂ ਹੀ ਹੁੰਦਾ ਜੇ ਉਸ ਨੇੜੇ ਸੀਟ ਤੇ ਇੱਕ ਭਾਰੀ ਮੁੱਛਾਂ ਵਾਲਾ ਕੋਈ 40-45 ਦੀ ਉਮਰ ਦਾ ਮਰਦ ਨਾ ਬੈਠਿਆ ਹੁੰਦਾ ਜਿਸਨੇ ਪਤਾ ਨਹੀਂ ਕੀ ਸੋਚ ਕੇ ਆਪਣੀ ਥਾਂ ਛੱਡ ਕੇ ਉਸ ਨੂੰ ਦੇ ਦਿੱਤੀ ਸੀ ਇਤਿਹਾਪ ਖੜਾ ਹੋ ਬਸ ਦਾ ਡੰਡਾ ਫੜ ਲਿਆ ਸੀ ਪਰ ਅਜਹਾ ਕਰਦੇ ਵੇਲੇ ਉਹ ਆਪਣੇ ਬੋਲਾਂ ਤੇ ਹੋਰ ਹੀ ਤਰ੍ਹਾਂ ਦੀ ਮੁਸਕਰਾਹਟ ਲੈ ਆਇਆ ਜਿਸ ਨੂੰ ਵੇਖ ਕੇ ਇੱਕ ਵਾਰੀ ਤਾਂ ਉਸ ਦੇ ਮਨ ਵਿੱਚ ਆਇਆ ਸੀ ਕਿ ਉਹ 40-45 ਸਾਲ ਦੇ ਮਰਦ ਦੀਆਂ ਮੁੱਛਾਂ ਉਖਾੜ ਕੇ ਉਸ ਦੇ ਹੱਥ ਵਿੱਚ ਫੜਾ ਦੇਵੇ ਪਰ ਕੁਝ ਨਹੀਂ ਸੀ ਬੋਲ ਸਕੀ ਅਤੇ ਚੁੱਪਚਾਪ ਉਸ ਰਾਹੀਂ ਛੱਡੀ ਸੀਟ ਤੇ ਵਹਿ ਗਈ ਸੀ ਉਹ ਤਾਂ ਜਦੋਂ ਦੀ ਵਿਆਹੀ ਆਈ ਸੀ ਹੁਣ ਤੀਖ ਪੱਤੀ ਤੇ ਘਰ ਚ ਰਹਿੰਦੇ ਆ ਕਦੇ ਕਿਸੇ ਨਾਲ ਕੁਝ ਬੋਲੀ ਹੀ ਨਹੀਂ ਸੀ ਬਸ ਦੀ ਸੀਟ ਤੇ ਬਹਿੰਦਾ ਪਹਿਲਾਂ ਉਸ ਨੂੰ ਸੋਹਰਾ ਘਰ ਯਾਦ ਆਇਆ ਕੇਵਲ ਦੋ ਕਮਰਿਆਂ ਵਾਲਾ ਘਰ ਉਹਨਾਂ ਕਮਰਿਆਂ ਦੀਆਂ ਕੰਧਾਂ ਸਨ ਉਹਨਾਂ ਕਮਰਿਆਂ ਦੀਆਂ ਛੱਤਾਂ ਸਨ ਬਾਰੀਆਂ ਸਨ ਅਤੇ ਉਹਨਾਂ ਕਮਰਿਆਂ ਵਿੱਚ ਕੋਈ ਜ਼ਰੂਰੀ ਲੋੜੀਂਦਾ ਸਮਾਨ ਸੀ بس ਇਹੋ ਕੁਛੀ ਉਸ ਦਾ ਕਰ ਅੱਜ ਤੱਕ ਪਤਾ ਨਹੀਂ ਉਹ ਕਿਉਂ ਸੋਚਦੀ ਆਈ ਸੀ ਕਿ ਸਭ ਨਾਲ ਵੀ ਕਦੇ ਘਰ ਬਣਦਾ ਘਰ ਦੀਆਂ ਕੰਧਾਂ ਘਰ ਦੀਆਂ ਛੱਤਾਂ ਬੂਹੇ ਬਾਰੀਆਂ ਤੇ ਘਰ ਦੇ ਜ਼ਰੂਰੀ ਸਮਾਨ ਦੇ ਹੁੰਦਿਆਂ ਵੀ ਉਸ ਨੂੰ ਤਾਂ ਦੋਵੇਂ ਕਬਰਾਂ ਜਿਵੇਂ ਖਾਲੀ ਖਾਲੀ ਹੀ ਦਿਸਦੇ ਸਨ ਸਾਰੇ ਘਰ ਦੀ ਟੁੱਟਦੀ ਸੋਚ ਟੁੱਟ ਇਸ ਵਾਰੀ ਉਹਨੇ ਮਨ ਵਿੱਚ ਮਾਪਿਆਂ ਦੇ ਘਰ ਦੀ ਸੋਚ ਆ ਗਈ ਜਦੋਂ ਉਸਦਾ ਵਿਆਹ ਨਹੀਂ ਸੀ ਹੋਇਆ ਘਰ ਵਿੱਚ ਉਹ ਸੀ ਉਸਦੀ ਮਾਂ ਸੀ ਬੌਜੀ ਸਨ ਅਤੇ ਘਰ ਵਿੱਚ ਹੋਰ ਤਿੰਨ ਭੈਣਾਂ ਸਨ ਉਹ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ ਬੌਜੀ ਨੌਕਰੀ ਕਰਦੇ ਸਨ ਨੌਕਰੀ ਪ੍ਰਾਈਵੇਟ ਸੀ ਮੁੰਡੇ ਦੀ ਚਾਹਤ ਵਿੱਚ ਉਹਨਾਂ ਘਰ ਚਾਰ ਧੀਆਂ ਜੰਪ ਪਈਆਂ ਸਨ ਉਹ ਤਾਂ ਮੁੰਡੇ ਲਈ ਅਜੇ ਹੋਰ ਕੋਸ਼ਿਸ਼ ਵੀ ਕਰਦੇ ਪਰ ਮਾਂ ਸਮਝਦਾਰ ਸੀ ਉਸਨੇ ਅਜਾਹ ਕਰਨ ਲਈ ਬੌਜੀ ਨੂੰ ਨਾ ਕਰ ਦਿੱਤੀ ਜਦੋਂ ਦੀ ਉਸਨੇ ਹੋਸ਼ ਸੰਭਾਲੀ ਸੀ ਉਹ ਘਰ ਨੂੰ ਵੇਖਦੀ ਆਈ ਸੀ ਕਿਵੇਂ ਟੋਰਦੀ ਸੀ ਮਾਂ ਘਰ ਨੂੰ ਹਰ ਵਾਰੀ ਇੱਕ ਪੁਰਾਣੀ ਚੀਜ਼ ਨੂੰ ਦੂਜੀ ਪੁਰਾਣੀ ਚੀਜ਼ ਨਾਲ ਜੋੜ ਕੇ ਕੰਮ ਚਲਾ ਲੈਂਦੀ ਸੀ ਜਿਸ ਸਭ ਤੋਂ ਵੱਡੀ ਲਈ ਕੱਪੜੇ ਦਾ ਇੱਕ ਜੋੜਾ ਬਣਦਾ ਤਾਂ ਜਦੋਂ ਵੱਡੀ ਦਾ ਕੱਦ ਵੱਧਦਾ ਤਾਂ ਛੋਟਾ ਹੋ ਜਾਣਾ ਤੇ ਉਹ ਕੱਪੜਾ ਉਸ ਤੋਂ ਛੋਟੀ ਨੂੰ ਹੰਡਾਉਣ ਲਈ ਦੇ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਜਦੋਂ ਉਹ ਕੱਪੜਾ ਤਿੰਨ ਪੜਾਅ ਪਾਰ ਕਰਕੇ ਉਸ ਤੀਕ ਪਹੁੰਚਦਾ ਸੀ ਅਕਸਰ ਆਪਣਾ ਅਸਲੀ ਰੂਪ ਗੁਆ ਬੈਠਦਾ ਸੀ ਉਸ ਨੂੰ ਯਾਦ ਆਇਆ ਇੱਕ ਵਾਰੀ ਪੰਜਵੇਂ ਚ ਪੜਦੀ ਨੇ ਆਪਣੇ ਬਾਉ ਜੀ ਨੂੰ ਕਹਿ ਦਿੱਤਾ ਸੀ ਕਿ ਉਹ ਉਸ ਲਈ ਇੱਕ ਨਵਾਂ ਸੂਟ ਸਵਾ ਦੇਣ ਪਰ ਅੱਗੋਂ ਗੁੱਸੇ ਚ ਬੋਲੇ ਠੀਕ ਹੈ ਇਸ ਲਈ ਤੂੰ ਆਪਣੀ ਮਾਂ ਨੂੰ ਆਖ ਉਹ ਮੈਨੂੰ ਵੇਚ ਕੇ ਤੇਰੇ ਲਈ ਨਵਾਂ ਸੂਟ ਖਰੀਦ ਦੇਵੇਗੀ ਮੇਰੇ ਕੋਲ ਤਾਂ ਸੂਟ ਲਈ ਪੈਸੇ ਨਹੀਂ ਕੁਝ ਚਿਰ ਲਈ ਤਾਂ ਉਹ ਜਿਵੇਂ ਸੋਚੀ ਸੋਚ ਜਹੀ ਵਿੱਚ ਪੈ ਗਈ ਸੀ ਕਦੇ ਆਦਮੀ ਵੀ ਵੇਚੇ ਤੇ ਖਰੀਦੇ ਜਾਂਦੇ ਨੇ ਕੀ ਉਹਨਾਂ ਦਾ ਵੀ ਕਦੇ ਮੁੱਲ ਪੈਂਦਾ ਪਰ 10 ਸਾਲਾਂ ਦੀ ਉਮਰ ਹੋਣ ਕਰਕੇ ਉਹ ਇਸ ਸਵਾਲ ਦਾ ਜਵਾਬ ਨਹੀਂ ਲੱਭ ਸਕੀ ਜਾਂ ਉਸ ਨੂੰ ਇਸ ਸਵਾਲ ਦਾ ਜਵਾਬ ਨਹੀਂ ਬਸੀ ਮਿਲਿਆ ਉਹ ਅਜੇ ਛੋਟੀ ਹੀ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਉਸ ਦੀਆਂ ਦੋਵੇਂ ਵੱਡੀਆਂ ਭੈਣਾਂ ਪੰਜਵੀਂ ਤੀਖੀ ਕਿਉਂ ਪੜੀਆਂ ਸਨ ਉਹਨਾਂ ਪੜਾਈ ਵਿਚਕਾਰ ਕਿਉਂ ਛੱਡ ਦਿੱਤੀ ਸੀ ਉਸ ਤੋਂ ਵੱਡੀ ਨੇ 10ਵੀਂ ਪਾਸ ਕਰ ਸਕੂਲ ਜਾਣਾ ਛੱਡ ਦਿੱਤਾ ਸੀ ਪਰ ਉਹ ਆਪ ਸਕੂਲ ਪਾਸ ਕਰਕੇ ਉਹ ਕਾਲਜ ਚਲੀ ਗਈ। ਭਾਵੇਂ ਉਸਦੇ ਬਾਉ ਜੀ ਲਈਏ ਮੁਸ਼ਕਲ ਸੀ ਪਰ ਮਾਂ ਨੇ ਉਸ ਦੀ ਇਹ ਇੱਛਾ ਪੂਰੀ ਕਰਨ ਲਈ ਉਸਦੇ ਬਾਉ ਜੀ ਨੂੰ ਮਨਾ ਲਿਆ ਸੀ। ਜਦੋਂ ਉਹ ਕਾਲਜ ਗਈ ਤਾਂ ਮਾਂ ਨੇ ਪਹਿਲੀ ਵਾਰੀ ਉਸ ਨੂੰ ਦੋ ਨਵੇਂ ਸੂਟ ਸਿਲਵਾ ਕੇ ਦਿੱਤੇ ਸਨ। ਉਸ ਨੂੰ ਅਜਹਾ ਲੱਗਾ ਜਿਵੇਂ ਮਾਂ ਨੇ ਪਹਿਲੀ ਵਾਰ ਉਸਦੇ ਬਾਉ ਜੀ ਤੇ ਅੱਡ ਬੋਝ ਪਾ ਦਿੱਤਾ ਸੀ। ਉਹ ਇਨਾਂ ਦੇ ਸੂਟਾਂ ਦਾ ਭਾਰ ਹੇਠ ਦਬ ਕੇ ਰਹਿ ਗਏ ਸਨ ਪੜਾਈ ਵਿੱਚ ਉਹ ਚੰਗੀ ਸੀ ਅਜੇ ਸਕੂਲੇ ਪੜਦੀ ਸੀ ਕਿ ਘਰ ਵਿੱਚ ਸਭ ਤੋਂ ਵੱਡੀ ਦਾ ਵਿਆਹ ਪੱਕਾ ਕਰ ਦਿੱਤਾ ਗਿਆ ਉਸ ਨੂੰ ਯਾਦ ਆਇਆ ਜਦੋਂ ਵੀ ਉਹ ਘਰ ਛੋਟੀ ਜਹੀ ਨਵੀਂ ਚੀਜ਼ ਲਿਆਂਦੀ ਜਾਂਦੀ ਮਾਂ ਉਸ ਨੂੰ ਸਾਹਮ ਕੇ ਰੱਖ ਲੈਂਦੀ ਇਹ ਆਖ ਕੇ ਕਿ ਕੁੜੀ ਦੇ ਦਾਜ ਵੇਲੇ ਕੰਮ ਆਵੇਗੀ ਵਿਆਹ ਲਈ ਮਾਪਿਆਂ ਨੇ ਚੰਗੀ ਤਰ੍ਹਾਂ ਮੁੰਡਾ ਵੇਖਿਆ ਤੇ ਨਾ ਹੀ ਮੁੰਡੇ ਦੇ ਘਰ ਬਾਰੇ ਕੋਈ ਜਾਣਕਾਰੀ ਲਈ ਪੈਸਾ ਪੈਸਾ ਕਰਕੇ ਜਿਹੜਾ ਥੋੜਾ ਬਹੁਤਾ თან ਇਕੱਠਾ ਕੀਤਾ ਗਿਆ ਸੀ ਪਹਿਲੀ ਦੇ ਵਿਆਹ ਤੇ ਖਰਚ ਕਰ ਦਿੱਤਾ ਗਿਆ। ਵੱਡੀ ਤੋਂ ਬਾਅਦ ਦੋਵੇਂ ਛੋਟੀਆਂ ਜਵਾਨ ਹੋ ਗਈਆਂ ਸਨ ਉਹਨਾਂ ਲਈ ਮੁੰਡੇ ਲੱਭੇ ਜਾਣ ਲੱਗੇ ਵਿਆਹਾਂ ਲਈ ਪੈਸੇ ਦੀ ਕੋਈ ਜੁਗਾੜ ਨਹੀਂ ਸੀ ਕੁੜੀਆਂ ਦੇ ਵਿਆਹ ਤੱਕ ਕਰਨੇ ਹੀ ਸਨ ਮਾਪਿਆਂ ਆਪਣਾ ਅੱਧਾ ਕਰ ਵੇਚ ਦੋਵੇਂ 3 ਦੇ ਵਿਆਹ ਕਰ ਦਿੱਤੇ। ਉਹਨਾਂ ਲਈ ਵੀ ਨਾ ਮੁੰਡੇ ਵੇਖੇ ਗਏ ਤੇ ਨਾ ਮੁੰਡਿਆਂ ਦੇ ਘਰ ਜਿਹੇ-ਜਿਹੇ ਵੀ ਲੱਭੇ ਉਹਨਾਂ ਨਾਲ ਕੁੜੀਆਂ ਟੋਰ ਦਿੱਤੀਆਂ ਗਈਆਂ ਉਸਨੇ ਕਿਵੇਂ ਨਾ ਕਿਵੇਂ ਕਰਦੀ ਵੀ ਕੰਮ ਪਾਸ ਕਰ ਲਈ ਫਿਰ ਇੱਕ ਦਿਨ ਅਖਬਾਰ ਵਿੱਚ ਦਿੱਤੇ ਇਸ਼ਤਿਹਾਰ ਦੀ ਮਦਦ ਨਾਲ ਉਸਨੂੰ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਗਈ ਕਲਰਾ ਕੰਪਨੀ ਦੇ ਆਫਿਸ ਦਾ ਇੱਕ ਵੱਡਾ ਸਾਰਾ ਕਮਰਾ ਸੀ ਜਿਸ ਵਿੱਚ 25 ਕਰਮਚਾਰੀ ਬੈਠ ਕੰਪਨੀ ਦੇ ਕੰਮ ਕਰਦੇ ਸਨ ਮਿਸਟਰ ਪੀ ਕਲਰਾ ਕੋਈ 45-50 ਦੀ ਉਮਰ ਦਾ ਉਹਨਾਂ ਦਾ ਬੌਸ ਸੀ ਉਸ ਨੂੰ ਆਫਿਸ ਵਿੱਚ ਅਕਾਊਂਟ ਅਕਾਊਂਟੈਂਟ ਦੀ ਨੌਕਰੀ ਲਈ ਰੱਖਿਆ ਗਿਆ ਸੀ ਉਸ ਦੀ ਤਨਖਾਹ ਨਾਲ ਹੁਣ ਘਰ ਦੇ ਸੌਖੇ ਦਿਨ ਵਾਪਸ ਮੁੜ ਆਏ ਸਨ ਪਰ ਵਕਤ ਨਾਲ ਦੁੱਖ ਤੇ ਤਕਲੀਫਾਂ ਸਹਿਣ ਕਰਦਿਆਂ ਉਸ ਦੇ ਮਾਪਿਆਂ ਦੀ ਅੱਧੀ ਤੋਂ ਵੱਧ ਉਮਰ ਨਿਕਲ ਗਈ ਸੀ ਫਿਰ ਉਸ ਦੇ ਵਿਆਹ ਬਾਰੇ ਮਾਪਿਆਂ ਵਿੱਚ ਗੱਲਾਂ ਹੋਣ ਲੱਗੀਆਂ ਪਰ ਉਸ ਲਈ ਵਰ ਲੱਭਣਾ ਹੋਰ ਮੁਸ਼ਕਲ ਸੀ ਉਹ ਪੜ੍ਹੀ ਲਿਖੀ ਸੀ ਉਸ ਦੀ ਮਾਂ ਤੇ ਬੌਜੀ ਚਾਹੁੰਦੇ ਸਨ ਉਸ ਲਈ ਕੋਈ ਪੜਿਆ ਲਿਖਿਆ ਮੁੰਡਾ ਮਿਲੇ ਪਰ ਇਹ ਸਭ ਹੋਣਾ ਇਤਨਾ ਸੁਖਾਲਾ ਨਹੀਂ ਸੀ ਉਹਨਾਂ ਦੀ ਪਤਲੀ ਹਾਲਤ ਵੇਖ ਵਾਲੇ ਕੋਈ ਮੁੰਡੇ ਵਾਲੇ ਉਹਨਾਂ ਨਾਲ ਰਿਸ਼ਤਾ ਜੋੜਨ ਲਈ ਤਿਆਰ ਨਹੀਂ ਸੀ ਹੁੰਦਾ ਉਹਨਾਂ ਕੋਲ ਕਰ ਦਾ ਅੱਧਾ ਹਿੱਸਾ ਸੀ ਅਤੇ ਕੁਝ ਪੈਸੇ ਸਨ ਜਿਹੜੇ ਧੀ ਦੀ ਕਮਾਈ ਨਾਲ ਇਕੱਠੇ ਕੀਤੇ ਗਏ ਸਨ ਮਾਪੇ ਮੁੰਡਾ ਲੱਭਦੇ ਲੱਭਦੇ ਜਿੰਮੇ ਥੱਕ ਹੀ ਗਏ ਸਨ ਉਹਨਾਂ ਫੇਰ ਕੁਝ ਵੀ ਨਹੀਂ ਸੋਚਿਆ ਕੁਝ ਵੀ ਨਹੀਂ ਵੇਖਿਆ ਨਾ ਮੁੰਡੇ ਦੀ ਨੌਕਰੀ ਨਾ ਮੁੰਡੇ ਦੀ ਪੜਾਈ ਨਾ ਹੀ ਮੁੰਡੇ ਦਾ ਘਰ ਜਿਹੇ ਜਿਹਾ ਵੀ ਮਿਲਿਆ ਉਸ ਨਾਲ ਉਹਦੇ ਫੇਰੇ ਕਰਵਾ ਦਿੱਤੇ ਰਿਸ਼ਤਾ ਵੀ ਦੂਰ ਦੀ ਤਾਈ ਨੇ ਕਰਵਾਇਆ ਸੀ ਵਿਆਹ ਕਰਵਾ ਜਦੋਂ ਸਹੁਰੇ ਘਰ ਆਈ ਤਾਂ ਉਸ ਥਾਂ ਘਰ ਵੀ ਕਾਹਦਾ ਬਸ ਦੋ ਕਮਰੇ ਸਨ ਜਿਨ੍ਹਾਂ ਦੀਆਂ ਦੀਵਾਰਾਂ ਸਨ ਜਿਨ੍ਹਾਂ ਦੀਆਂ ਛੱਤਾਂ ਸਨ ਬੂਹੇ ਸਨ ਵਾਰੀਆਂ ਸਨ ਜਿਨ੍ਹਾਂ ਵਿੱਚ ਉਸ ਦਾ ਪਤੀ ਨਮਾ ਇੱਕ ਮਰਦ ਰਹਿੰਦਾ ਸੀ ਉਸ ਮਰਦ ਦੀ ਬੁੱਢੀ ਮਾਂ ਸੀ ਜਿਹੜੀ ਮੰਝੇ ਤੋਂ ਉਠਣ ਜੋਗੀ ਨਹੀਂ ਸੀ ਉਸ ਦਾ ਪਤੀ ਨੁਮਾ ਮਰਦ ਜਿਹੜਾ ਕੁੱਲ 10ਵੀਂ ਪਾਸ ਸੀ ਕਿਸੇ ਗੋਦਾਮ ਤੇ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਚੌਂਕੀਦਾਰੀ ਕਰਦਾ ਸੀ ਇਸ ਘਰ ਵਿੱਚ ਆ ਕੇ ਉਸ ਦੇ ਮਨ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੋ ਸਕੀ ਉਸ ਦਾ ਕੋਈ ਵੀ ਚਾਸਰੇ ਨਹੀਂ ਚੜਿਆ ਉਹ ਆਪਣੇ ਘਟ ਪੜੇ ਚੌਂਕੀਦਾਰ ਮਰਦ ਨਾਲ ਭਲਾ ਦਿਲ ਦੀ ਗੱਲ ਕਿਵੇਂ ਕਰ ਸਕਦੀ ਸੀ ਪਤੀ ਸਵੇਰੇ ਹੀ ਉਸ ਨੂੰ ਛੁੱਤੀ ਛੱਡ ਘਰੋਂ ਚਲਾ ਜਾਂਦਾ ਸੀ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਸਵੇਰੇ ਉੱਠ ਕੀ ਕਰਦਾ ਸੀ ਰੋਟੀ ਕੀ ਘਰੋਂ ਲੈ ਜਾਂਦਾ ਸੀ ਜਾਂ ਬਾਹਰ ਕੁਝ ਖਾ ਲੈਂਦਾ ਸੀ ਉਹ ਸ਼ਾਮੀ 5 ਵਜੇ ਛੁੱਟੀ ਕਰ ਸਾਢੇ 5 ਤੱਕ ਘਰ ਮੁੜ ਆਉਂਦਾ ਸੀ ਪਰ ਉਹ ਬਹੁਤ ਕੋਸ਼ਿਸ਼ ਕਰਕੇ ਵਕਤ ਤੇ ਘਰ ਨਹੀਂ ਸੀ ਪਹੁੰਚ ਪਾਉਂਦੀ ਇਸ ਤਰ੍ਹਾਂ 1 ਮਹੀਨਾ ਲੰਘ ਜਾਂਦੇ ਵੀ ਉਸ ਨੇ ਪਤਨੀ ਨਾਲ ਕਦੇ ਕੋਈ ਗਿਲਾ ਨਹੀਂ ਸੀ ਕੀਤਾ ਤੇ ਨਾ ਹੀ ਉਸ ਲਈ ਸਵੇਰੇ ਉੱਠ ਰੋਟੀ ਕਿਉਂ ਪਕਾ ਕੇ ਨਹੀਂ ਦਿੰਦੀ ਨੌਕਰੀ ਤੋਂ ਕਰ ਉਹ ਕਿਤੇ ਨਹੀਂ ਜਾਂਦਾ ਜਿੰਨਾ ਚਿਰ ਉਹ ਕਰ ਰਹਿਂਦਾ ਮਾਂ ਦੀ ਦੇਖਭਾਲ ਉਹੀ ਕਰਦਾ ਜਾਂ ਕਦੇ ਮਨ ਆਇਆ ਉਸ ਨਾਲ ਗੱਲ ਕਰ ਲੈਂਦਾ ਉਹ ਕਈ ਵਾਰੀ ਸੋਚਦੀ ਕਿ ਹਾ ਹੈ ਇਹ ਪੁਰਸ਼ ਜਿਹੜੇ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਪੱਤੀ ਦਾ ਹੋਣ ਦਾ ਹੱਕ ਨਹੀਂ ਜਿਤਾਉਂਦਾ ਮੈਨੂੰ ਕੁਝ ਕਹਿੰਦਾ ਵੀ ਨਹੀਂ ਇਸ ਦਾ ਮਰਦਾਂ ਵਾਲੀ ਕੋਈ ਗੱਲ ਹੈ ਹੀ ਨਹੀਂ ਮੇਰੇ ਜਹੇ ਵਰਤਾਤੇ ਮੈਨੂੰ ਕਿੰਨਾ ਪਿਆਰ ਕਰਦਾ ਮੇਰਾ ਕਿੰਨਾ ਖਿਆਲ ਰੱਖਦਾ ਏ ਨੌਕਰੀ ਤੋਂ ਆ ਉਹ ਕੋਈ ਕੰਮ ਨਹੀਂ ਕਰਦੀ ਬਸ ਕਿਤਾਬ ਪੜ੍ਹਦੀ ਰਹਿੰਦੀ ਉਹ ਮੇਰੇ ਕੋਲ ਪਾਣੀ ਦਾ ਗਲਾਸ ਦੀ ਇੱਕ ਮੰਗਦਾ ਆਪ ਚਾਹ ਬਣਾ ਕੇ ਪੀ ਲੈਂਦਾ ਕਈ ਵਾਰ ਮੈਨੂੰ ਚਾਹ ਬਣਾ ਦਾ ਕੱਪ ਬਣਾ ਕੇ ਦੇ ਦਿੰਦਾ ਦੇ ਦਿੰਦਾ ਮੇਰੇ ਦਫ਼ਤਰੋਂ ਆਉਣ ਤੋਂ ਪਹਿਲਾਂ ਕਈ ਵਾਰੀ ਸਬਜ਼ੀ ਛਾੜ ਦਿੰਦਾ ਬੁੱਢੀ ਮਾਂ ਦਾ ਖਿਆਲ ਰੱਖਦਾ ਅਜਾ ਹੁਣ ਤੇ ਉਹਨੂੰ ਹੋਰ ਗੁੱਸਾ ਆਉਂਦਾ ਫੇ ਜਦੋਂ ਵਿਆਹ ਦੇ 1 ਮਹੀਨੇ ਬਾਅਦ ਤਨਖਾਹ ਦੇ ਪੈਸੇ ਲਿਆ ਉਸਨੇ ਪਤਨੀ ਨੂੰ ਫੜਾਈ ਤਾਂ ਕੁੱਲ 22000 ਰੁਪਏ ਸਨ ਉਹ ਸੋਚਣ ਲੱਗੀ ਇਸ ਤੋਂ ਵੱਧ ਪੈਸੇ ਤਾਂ ਮੇਰੇ ਬਾਉ ਜੀ ਨੂੰ ਮਿਲਦੇ ਸਨ ਪਰ ਮਾਂ ਤਾਂ ساری ਉਮਰ ਕਿਵੇਂ ਘਰ ਨੂੰ ਜੋੜ-ਜੋੜ ਕੇ ਟੋਰਦੀ ਰਹੀ ਜੇ ਉਹ ਅਜਾਹਾ ਨਾ ਕਰਦੀ ਤਾਂ ਸਾਰਾ ਘਰ ਕਦੋਂ ਦਾ ਖਿਲਰ ਜਾਂਦਾ ਮਹੀਨੇ ਦੇ ਜਿਹੜੇ ਅਖੀਰ ਦਿਨ ਹੁੰਦੇ ਸਨ ਉਹ ਕਿੰਨੇ ਔਖੇ ਹੁੰਦੇ ਸਨ ਕਈ ਵਾਰ ਘਰ 'ਚ ਚੀਨੀ ਹੁੰਦੀ ਤਾਂ ਚਾਹ ਦੀ ਪੱਤੀ ਮੁੱਕ ਜਾਂਦੀ ਕਈ ਵਾਰੀ ਆਟਾ ਨਾ ਹੁੰਦਾ ਅਸੀਂ ਬੱਸ ਜਿਠੇ ਬੈਠੀ ਘਰ ਦੀ ਸੋਚ ਛੱਡ ਨੂੰ ਛੱਡ ਉਹ ਫਿਰ ਆਫਿਸ ਆ ਪਹੁੰਚੀ ਜਿੱਥੇ 10 ਕੁੜੀਆਂ ਕੰਮ ਕਰਦੀਆਂ ਸਨ ਉਹਨਾਂ ਸਾਰੀਆਂ ਵਿੱਚ ਜੂਨੀਅਰ ਹੋਣ ਕਰਕੇ ਉਸ ਨੂੰ ਕਦੇ ਕਦਾਈਂ ਹੀ ਕਲਰਾ ਦੇ ਪਰਸਨਲ ਆਫਿਸ 'ਚ ਸੱਦਿਆ ਜਾਂਦਾ ਸੀ ਨਿਜੀ ਕਮਾਲੀ ਕਲਰਾ ਨੇ ਰਜ਼ਨੀ ਨਾਂ ਦੀ ਕੁੜੀ ਰੱਖੀ ਹੋਈ ਸੀ ਜਿਹੜੀ ਕਦੇ ਕੋਈ ਕਾਗਜ਼ਾ ਫਾਇਲਾ ਲੈ ਕਲਰਾ ਦੇ ਆਫਿਸ ਅੰਦਰ ਬੁਲਾਈ ਜਾਂਦੀ ਸੀ ਜਾਂ ਆਪ ਕਈ ਵਾਰ ਬਿਨਾ ਸੱਦਿਆ ਕਿੰਨਾ ਕਿੰਨਾ ਚਿਰ ਕਲਰਾ ਦੇ ਪਰਸਨਲ ਆਫਿਸ ਅੰਦਰ ਬੈਠੀ ਰਹਿੰਦੀ ਸੀ ਇੱਕ ਵਾਰੀ ਆਪਣੇ ਵਿਆਹ ਦੀ ਪੱਚਵੀਂ ਬਰੇਗਣ ਲਈ ਕਲਰਾ ਨੇ ਸਾਰੇ ਸਟਾਫ ਨੂੰ ਰਾਤ ਦੇ ਖਾਣੇ ਤੇ ਘਰ ਸੱਦਿਆ ਸਾਰਾ ਸਟਾਫ ਸ਼ਾਮ ਕੋਠੀ ਪਹੁੰਚ ਗਿਆ ਸੀ ਉਸ ਨਾਲ ਦੀਆਂ ਸਾਰੀਆਂ ਕੁੜੀਆਂ ਸਜ ਸੰਵਰ ਕੇ ਆਈਆਂ ਸਨ ਪਰ ਉਸ ਦਾ ਪਹਿਰਾਵਾ ਰੋਜ਼ ਵਾਲਾ ਉਹੀ ਸੀ ਜਿਹੜੇ ਕੱਪੜੇ ਦਫ਼ਤਰ ਪਹਿਨ ਕੇ ਆਉਂਦੀ ਸੀ ਉਹਨਾਂ ਕੱਪੜਿਆਂ ਵਿੱਚ ਹੀ ਉਹ ਕਲਰਾ ਦੇ ਘਰ ਪਹੁੰਚ ਗਈ ਸੀ ਵਿਆਹ ਬਾਅਦ ਮਾਂ ਦੇ ਦਿੱਤੇ ਚਮਕਦੇ ਸੂਟ ਉਸਨੇ ਕਦੇ ਨਹੀਂ ਸੀ ਪਹਿਨੇ ਉਹ ਕੋਈ ਬਹੁਤਾ ਮੇਕਅਪ ਵੀ ਨਹੀਂ ਸੀ ਕਰਦੀ ਅਜਾ ਕਰਨ ਲਈ ਉਸਦੇ ਮਨ ਦੇ ਕਦੇ ਚਾਹ ਵੀ ਨਹੀਂ ਸੀ ਪਰ ਤਾਂ ਵੀ ਵੇਖਣ ਵਿੱਚ ਉਹ ਕਿੰਨੀ ਖੂਬਸੂਰਤ ਸੀ ਕਿ ਉਹਨਾਂ ਕੱਪੜਿਆਂ ਵਿੱਚ ਸਾਰਿਆਂ ਨਾਲੋਂ ਸੋਹਣੀ ਦਿਸ ਰਹੀ ਸੀ ਕਲਰਾ ਦੀ ਕੋਠੀ ਪਹੁੰਚਦਾ ਉਸ ਉਹ ਸਭ ਕੁਝ ਵੇਖਦੀ ਰਹਿ ਗਈ ਬਹੁਤ ਵੱਡੀ ਸਾਰੀ ਕੋਠੀ ਉਸ ਅੱਗੇ ਉਹਨਾਂ ਲਈ ਵੱਡਾ ਲਾਂਡ ਜਿਸ ਵਿੱਚ ਪਾਰਟੀ ਦਾ ਇੰਤਜ਼ਾਮ ਕੀਤਾ ਹੋਇਆ ਸੀ ਕੋਠੀ ਨੂੰ ਸਵਾਰਨ ਸਜਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਗਈ ਪਾਰਟੀ ਵਿੱਚ ਉਸਨੇ ਕਲਰਾ ਦੀ ਪਤਨੀ ਨੂੰ ਵੇਖਿਆ ਕਿੰਨੀ ਸੋਹਣੀ ਸੀ ਉਹ ਪਰ ਉਸ ਦਾ ਪਤੀ ਉਹ ਤਾਂ ਐਵੇਂ ਹੀ ਸੀ ਸੁੱਕਾ ਜਿਹਾ ਪੱਕੇ ਜੇ ਰੰਗ ਦਾ ਕੀ ਹੋਇਆ ਜੇ ਉਹ ਆ ਪਤਨੀ ਜਿਹਾ ਨਹੀਂ ਉਸ ਕੋਲ ਖੜਾਉਣ ਜੋਗਾ ਵੀ ਨਹੀਂ ਪਰ ਉਸਨੇ ਪਤਨੀ ਨੂੰ ਸਾਰੇ ਸੁੱਖ ਤਾਂ ਦਿੱਤੇ ਨੇ ਇਹ ਸੋਚਦਿਆਂ ਉਸ ਦੀ ਸੋਚ ਅੱਗੇ ਟੁਰ ਪਈ ਕੀ ਨਹੀਂ ਕਲ ਰਾਜੀ ਪਤਨੀ ਕੋਲ ਕਿੰਨੇ ਜੇਵਰ ਪਹਿਨ ਰੱਖੇ ਨੇ ਉਸਨੇ ਗਲ ਵਿੱਚ ਪਹਿਨੇ ਆ ਸੋਨੇ ਦਾ ਹਾਰ ਤਾਂ ਕਈ ਤੋਲੇ ਦਾ ਹੈ ਕੰਨਾਂ ਵਿੱਚ ਹੀਰੇ ਦੇ ਟਾਪਸ ਨੇ ਬਾਹਾਂ ਸੋਨੇ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਨੇ ਕਿਤਨੀ ਕੀਮਤੀ ਸਾੜੀ ਬਨ ਰੱਖੀ ਹੈ ਉਸਨੇ ਨੌਕਰ ਚੱਕਰ ਕਰਾਂ ਕਿਹੜਾ ਸੁੱਖ ਨਹੀਂ ਇਸ ਕੋਲ ਪਰ ਮੇਰਾ ਪਤੀ ਕੁਝ ਵੀ ਤਾਂ ਨਹੀਂ ਕਰਨ ਜੋਗਾ ਥੋੜੇ ਜਿਹੇ ਪੈਸੇ ਕਮਾ ਕੇ ਲਿਆ ਮੇਰੀ ਤਲੀ ਤੇ ਧਰ ਦਿੰਦਾ ਹੈ ਆਪਣੇ ਪੈਸੇ ਮਲਾ ਮਮਸਾਂ ਘਰ ਟੁਰ ਰਹੀ ਹਾਂ ਜੇ ਮੈਂ ਆਪ ਨੌਕਰੀ ਨਾ ਕਰਾਂ ਤਾਂ ਫਿਰ ਪਤਾ ਨਹੀਂ ਉਸ ਨੂੰ ਕੀ ਹੋਇਆ ਉਸ ਪਤੀ ਦੀਆਂ ਇੰਨਾਂ ਕਮਜ਼ੋਰੀਆਂ ਨੂੰ ਛੱਡ ਉਸ ਦੀਆਂ ਦੂਜੀਆਂ ਗੱਲਾਂ ਬਾਰੇ ਸੋਚਣ ਲੱਗੀ ਮੇਰਾ ਕਿੰਨਾ ਖਿਆਲ ਰੱਖਦਾ ਏ ਉਹ ਜਦੋਂ ਸ਼ਾਮੀ ਥੱਕੀ ਮੈਂ ਘਰ ਪਹੁੰਚਦੀ ਹਾਂ ਮੇਰੇ ਆਉਣ ਤੋਂ ਪਹਿਲਾਂ ਸਬਜ਼ੀ ਚਾੜ ਦਿੰਦਾ ਕਈ ਵਾਰੀ ਮੇਰੇ ਕੱਪੜੇ ਤੋਂ ਪ੍ਰੈਸ ਕਰ ਦਿੰਦਾ ਘਰ ਪਹੁੰਚਣ ਤੇ ਮੈਨੂੰ ਚਾਹ ਬਣਾ ਕੇ ਦਿੰਦਾ ਕਰ ਵਿੱਚ ਜਦੋਂ ਤੱਕ ਮੈਂ ਰਹਿੰਦੀ ਹਾਂ ਮੇਰੇ ਨਾਲ ਜੁੜਿਆ ਰਹਿੰਦਾ ਹਰ ਵੇਲੇ ਮੇਰੇ ਨੇੜੇ ਘੁੰਮਦਾ ਰਹਿੰਦਾ ਮੈਨੂੰ ਇਕੱਲਾ ਨਹੀਂ ਛੱਡਦਾ ਮੈਨੂੰ ਲੱਗਦਾ ਮੇਰੇ ਸਿਵਾ ਤਾਂ ਉਸ ਦਾ ਕੋਈ ਆਪਣਾ ਹੋਰ ਵੀ ਨਹੀਂ ਉਸ ਦਾ ਆਪਣਾ ਕੋਈ ਨਿੱਜੀ ਖਰਚ ਨਹੀਂ ਉਸ ਨੇ ਤਨਖਾਹ ਦੇ ਸਾਰੇ ਪੈਸੇ ਮੈਨੂੰ ਫੜਾ ਦਿੱਤੇ ਸਨ ਕਈ ਵਾਰੀ ਮੈਨੂੰ ਇਸ ਉਸ ਤੇ ਕਿੰਨੀ ਖਿਜ ਆਉਂਦੀ ਪਰ ਉਸ ਨੂੰ ਕਦੇ ਮੇਰੇ ਤੇ ਗੁੱਸਾ ਨਹੀਂ ਨਹੀਂ ਆਇਆ ਪਰ ਪੈਸੇ ਵੜਾ ਇਨਸਾਨ ਨੂੰ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਸੁੱਖ ਉਸ ਕੋਲ ਤਾਂ ਮਹੀਨੇ ਦੇ ਕੇਵਲ 22000 ਰੁਪਏ ਹੀ ਨੇ ਪਾਰਟੀ ਅਟੈਂਡ ਕਰ ਇਹ ਸਾਰਾ ਕੁਝ ਸੋਚਦੀ ਹੋਈ ਰਾਤੀ ਘਰ ਮੁੜੀ ਉਸ ਨੂੰ ਭਾਵੇਂ ਰੋਜ਼ ਨਾਲੋਂ ਵੱਧ ਦੇਰ ਹੋ ਗਈ ਸੀ ਪਰ ਘਰ ਪਹੁੰਚਣ ਤੇ ਨਾ ਹੀ ਉਸ ਦਾ ਪਤੀ ਕੁਝ ਬੋਲਿਆ ਤੇ ਨਾ ਹੀ ਸੱਸ ਨੇ ਦੇਰ ਹੋ ਜਾਣ ਦਾ ਕਾਰਨ ਪੁੱਛਿਆ ਦਫ਼ਤਰ ਤੇ ਟੁਰਦੇ ਕਰਮ ਵਿੱਚ ਫਿਰ ਬਦਲਾ ਆਇਆ ਜਿਸ ਦਿਨ ਕਲਰਾ ਦੀ ਖਾਸ ਰਜਨੀ ਵਿਆਹ ਕੇ ਦਫ਼ਤਰ ਦੀ ਨੌਕਰੀ ਛੱਡ ਕੇ ਚਲੀ ਗਈ ਉਸ ਦਾ ਜਾਣਵਾਦ ਕਲਰ ਨੇ ਰਜਨੀ ਵਾਲੇ ਕੰਮ ਲਈ ਉਸ ਨੂੰ ਹੀ ਨਿਯੁਕਤ ਕਰ ਲਿਆ ਉਸ ਨੂੰ ਵੀ ਕੱਲ ਰਾਤ ਦਿਨ ਵਿੱਚ ਦੋ ਤਿੰਨ ਵਾਰੀ ਆਫਤੇ ਦੇ ਦਫਤਰ ਚ ਸੱਦਣ ਲੱਗਾ ਉਸ ਨੂੰ ਕਈ ਵਾਰੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕਲਰਾਂ ਨੇ ਐਵੇਂ ਬਹਾਨਾ ਬਣਾ ਉਸ ਨੂੰ ਆਪਣੇ ਦਫਤਰ ਅੰਦਰ ਬੁਲਾ ਲਿਆ ਹੋਵੇ ਫਿਰ ਇੱਕ ਦਿਨ ਬਹੁਤ ਅਜੀਬ ਜਹੀ ਗੱਲ ਹੋਈ ਕਲਰਾਂ ਨੇ ਮੇਜ਼ ਤੇ ਪਈ ਇੱਕ ਫਾਈਲ ਫੜਾਉਂਦਾ ਉਸ ਨੂੰ ਹੱਥ ਨਾਲ ਪੋਲਾ ਜਿਹਾ ਨੱਪ ਦਿੱਤਾ ਇੱਕ ਵਾਰ ਤਾਂ ਉਸ ਦਾ ਅੰਦਰ ਗੁੱਸੇ ਨਾਲ ਭਰ ਗਿਆ ਉਹਦਾ ਮਨ ਆਇਆ ਕਲਰਾਂ ਨੂੰ ਬਹੁਤ ਕੁਝ ਕਹੇ ਪਰ ਉਸ ਤੋਂ ਤਾਂ ਕੁਝ ਬੋਲਿਆ ਹੀ ਨਹੀਂ ਗਿਆ ਉਸੇ ਸ਼ਾਮ ਦਫ਼ਤਰ ਛੱਡਣ ਤੋਂ ਪਹਿਲਾਂ ਕਲਰਾਂ ਨੇ ਉਸ ਨੂੰ 100 ਰੁਪਏ ਦਾ ਇਨਕਰੀਮੈਂਟ ਦੇ ਦਿੱਤਾ ਮੌਕਾ ਪੈਣ ਤੇ ਉਹ ਜਦੋਂ ਵੀ ਅਜਿਹੀ ਹਰਕਤ ਕਰਦਾ ਤਾਂ ਹਰ ਵਾਰੀ ਉਸ ਦੀ ਤਨਖਾਹ ਵਿੱਚ 100 ਰੁਪਏ ਵਧਾ ਦਿੰਦਾ ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਉਸ ਨੂੰ ਕਈ ਵਾਰੀ ਕਲਰਾਂ ਦੇ ਦਫ਼ਤਰ ਸੱਦਿਆ ਜਾਂਦਾ ਉਸ ਨਾਲ ਨਿੱਜੀ ਗੱਲਾਂ ਕਰਨ ਲੱਗਦਾ ਉਸਦੇ ਪਤੀ ਬਾਰੇ ਸਵਾਲ ਪੁੱਛਦਾ ਇਹ ਸਭ ਹੋਣਾ ਉਸ ਨੂੰ ਚੰਗਾ ਨਾ ਲੱਗਦਾ ਫਿਰ ਅੱਜ ਤਾਂ ਬਹੁਤ ਅਜੀਬ ਜਹੀ ਗੱਲ ਹੋਈ ਦਫ਼ਤਰ ਦੀ ਛੁੱਟੀ ਦਾ ਵਕਤ ਕਦੋਂ ਦਾ ਹੋ ਗਿਆ ਸੀ ਇੱਕ ਇੱਕ ਕਰਕੇ ਸਾਰੇ ਵਕਤ ਵਰਕ ਕਰਨ ਨੂੰ ਘਰ ਚਲੇ ਗਏ ਸਨ ਪਰ ਕਲਰਾ ਨੇ ਉਸ ਨੂੰ ਕੋਈ ਜ਼ਰੂਰੀ ਕਾਗਜ਼ ਭੇਜਣ ਦਾ ਕਹਿ ਰੋਕ ਲਿਆ ਸੀ ਇੱਕ ਵਾਰ ਤਾਂ ਉਸ ਨੂੰ ਦਫ਼ਤਰ ਵਿੱਚ ਬਹੁਤ ਡਰ ਲੱਗਾ ਪਰ ਛੇਤੀ ਹੀ ਉਸਨੇ ਆਪਣੇ ਆਪ ਨੂੰ ਸੰਭਲ ਲਿਆ ਬੋਚ ਲਿਆ ਆਪਣੇ ਤੇ ਕਾਬੂ ਪਾ ਲਿਆ ਜਦੋਂ ਦਫ਼ਤਰ ਦੇ ਸਾਰੇ ਕਰਮਚਾਰੀ ਚਲੇ ਗਏ ਤਾਂ ਕਲਰਾ ਨੇ ਆਪਣੇ ਕਮਰੇ ਅੰਦਰ ਘੰਟੀ ਬਜਾ ਉਸ ਨੂੰ ਬੁਲਾ ਲਿਆ ਇੱਕ ਵਾਰੀ ਉਹ ਫੇਰ ਡਰੀ ਜਹੀ ਗਈ ਪਰ ਤਦ ਉਹ ਆਪਣੀ ਥਾਂ ਤੋਂ ਉੱਠੀ ਉਸ ਨੂੰ ਅੰਦਰੋਂ ਹੁਣ ਕੋਈ ਡਰ ਨਹੀਂ ਸੀ ਅਜੇ ਉਹ ਕਲਰਾ ਦੇ ਦਫ਼ਤਰ ਦਾ ਦਰਵਾਜ਼ਾ ਖੋਲ ਅੰਦਰ ਹੋਈ ਹੀ ਸੀ ਕਿ ਪਹਿਲਾਂ ਤੋਂ ਹੀ ਕੁਰਸੀ ਤੇ ਉੱਠ ਖੜੋ ਤੇ ਕਲਰਾ ਨੇ ਉਸ ਦੇ ਨੇੜੇ ਜਾਂਦਿਆਂ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਜਾ ਹੁਣ ਤੇ ਇੱਕ ਵਾਰੀ ਉਸ ਨੂੰ ਆਪਣੇ ਪਤੀ ਚਿੱਤ ਤੇ ਆਇਆ ਜਿਹੜਾ ਉਸ ਦੀਆਂ ਨਜ਼ਰਾਂ ਵਿੱਚ ਨਕਾਰਾਜਹਾ ਸੀ ਜਿਹੜਾ ਵਿਆਹ ਬਾਦ ਉਸ ਨੂੰ ਕੋਈ ਵੀ ਸੁੱਖ ਨਹੀਂ ਸੀ ਦੇ ਸਕਿਆ ਸਗੋਂ ਗਰੀਬੜਾ ਜਿਹਾ ਬਣਿਆ ਉਸ ਨਾਲ ਚਿਪਟਿਆ ਹੋਇਆ ਸੀ ਪਰ ਉਸ ਦਾ ਉਹ ਚਿਪਟਣਾ ਹੀ ਉਸ ਨੂੰ ਸੁਖਦ ਮਹਿਸੂਸ ਹੋਇਆ ਜਿਹੜਾ ਕੇਵਲ ਉਸ ਦਾ ਹੀ ਸੀ ਜਿਹੜਾ ਕਿਸੇ ਦੂਜੀ ਔਰਤ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਜਿਹੜਾ ਸਾਰੇ ਦਾ ਸਾਰਾ ਉਸ ਦਾ ਆਪਣਾ ਸੀ ਜਿਸ ਦੀਆਂ ਕਲਰਾ ਵਗ ਦੂਜੀ ਔਰਤਾਂ ਵਿੱਚ ਵੰਡੀਆਂ ਨਹੀਂ ਸਨ ਪਈਆਂ ਹੋਈਆਂ ਮਨ ਵਿੱਚ ਇਸ ਦੀ ਸੋਚ ਦੇ ਆਉਂਦਿਆਂ ਹੀ ਉਸ ਨੂੰ ਜ਼ੋਰ ਦਾ ੱੱਕਾ ਮਾਰ ਕਲਰਾ ਨੂੰ ਆਪਣੇ ਨਾਲੋਂ ਤੋੜ ਕੁਰਸੀ ਤੇ ਵਗਾਹ ਮਾਰਿਆ ਤੂੰ ਪੈਸੇ ਦੇ ਜ਼ੋਰ ਨਾਲ ਮੈਨੂੰ ਜਿੱਤਣਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਇਹ ਗੱਲ ਉਸ ਦੇ ਮੂੰਹੋਂ ਬਾਹਰ ਨਿਕਲਦੀ ਉਹ ਤੇਜ਼ੀ ਨਾਲ ਦਫ਼ਤਰ ਚੋਂ ਨਿਕਲ ਆਪਣਾ ਪਰਸ ਚੁੱਕ ਬੱਸ ਸਟੈਂਡ ਵੱਲ ਟਰ ਪਈ ਅੱਜ ਉਸ ਨੂੰ ਰੋਜ਼ ਨਾਲੋਂ ਵੱਦ ਕਿਤੇ ਦੇਰ ਹੋ ਗਈ ਸੀ ਉਸਨੇ ਇੱਕ ਵਾਰ ਫਿਰ ਗੁੱਟ ਤੇ ਬੰਨੀ ਘੜੀ ਵੱਲ ਵੇਖਿਆ ਪੌਣੇ 8 ਵਜ ਗਏ ਸਨ ਠੀਕ ਰਫ਼ਤਾਰ ਨਾਲ ਨੱਸੀ ਜਾਂਦੀ ਬੱਸ ਵੀ ਨਹੀਂ ਪਤਾ ਉਸ ਨੂੰ ਕਿਉਂ ਹੌਲੀ ਹੌਲੀ ਟੁੱਟਦੀ ਜਾਪ ਰਹੀ ਸੀ ਉਸ ਦਾ ਮਨ ਵਿੱਚ ਪਤੀ ਨੂੰ ਛੱਡ ਕੋਈ ਹੋਰ ਨਹੀਂ ਸੀ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਛੇਤੀ ਛੇਤੀ ਘਰ ਪਹੁੰਚ ਜਾਵੇ 40-45 ਵਰਿਆਂ ਦੀ ਉਮਰ ਦਾ ਭਾਰੀ ਮੁੱਛਾ ਵਾਲਾ ਮਰਦ ਅਜੀ ਕਦੇ-ਕਦੇ ਚੋੜ ਅੱਖ ਨਾਲ ਉਸ ਵੱਲ ਵੇਖ ਲੈਂਦਾ ਸੀ ਪਰ ਉਹ ਤਾਂ ਉਸ ਤੋਂ ਸਭ ਕਾਸੇ ਤੋਂ ਵੇਖਾ ਫਰਸੀ ਬਸ ਤੋਂ ਉੱਤਰ ਰੋਜ ਨਾਲੋਂ ਤੇਜ਼ ਕਦਮਾਂ ਨਾਲੋਂ ਘਰ ਵੱਲ ਟਰ ਪਈ ਟਰ ਨਹੀਂ ਸਕੋਂ ਉਹ ਤਾਂ ਜਿਵੇਂ ਨੱਸੀ ਜਾ ਰਹੀ ਸੀ ਜਦੋਂ ਘਰ ਨੇੜੇ ਪਹੁੰਚੀ ਤਾਂ ਸਾਹੋ ਸਾਹ ਹੋ ਗਈ ਸੀ ਉਸ ਨੂੰ ਘਰ ਦਾ ਬਾਹਰਲਾ ਬੂਹਾ ਬੰਦ ਦਿਸਿਆ ਉਸਨੇ ਕਿਵਾੜ ਤੱਕ ਦਰਵਾਜ਼ਾ ਖੋਲ੍ਹਿਆ ਅਤੇ ਘਰ ਅੰਦਰ ਦਖਲ ਹੋਈ ਉਸਨੇ ਵੇਖਿਆ ਪਤੀ ਰੋਜ ਵਾਂ ਗੈਸ ਜਲਾ ਚੁੱਲੇ ਤੇ ਸਬਜ਼ੀ ਚੜ ਰਿਹਾ ਸੀ ਘਰ ਵਿੱਚ ਦਾਖਲ ਹੋ ਉਸ ਨੇ ਪਰਸ ਇੱਕ ਪਾਸੇ ਸੁੱਟਿਆ ਅਤੇ ਰਸੋਈ ਵਿੱਚ ਸਬਜ਼ੀ ਚਾੜ ਰਹੇ ਪਤੀ ਨੂੰ ਪਿੱਛੋਂ ਜਾ ਪਹਿਲੀ ਵਾਰ ਜੱਫੀ ਪਾ ਲਈ ਭਾਵੇਂ ਸਬਜ਼ੀ ਨੂੰ ਤੜਕਾ ਲਾਉਂਦੇ ਪਤੀ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਹੋ ਗਿਆ ਪਰ ਦੂਜੇ ਪਾਸੇ ਉਸ ਨੂੰ ਦੋ ਕਮਰਿਆਂ ਵਾਲਾ ਉਹ ਖਾਲੀ-ਖਾਲੀ ਘਰ ਪਹਿਲੀ ਵਾਰ ਪਰਿਆ-ਪਰਿਆ ਜਾ ਪਰਹਾ ਸੀ ਧੰਨਵਾਦ ਚੋਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ